ਪਲੇਨ ਸੀ ਉਹ 'ਚ ਹੈ ਨਾ, ਇੱਕ ਜੱਟ ਸੀ, ਅਮਲੀ ਸੀ, ਪੰਡਿਤ ਸੀ ਤੇ ਭੂਤ ਸੀ ਨਾ, ਭੂਤ ਨਹੀਂ ਚੱਲ ਹੋ ਗਏ, ਆਈਨੇ ਸੀ ਹੈ ਨਾ, ਵੀ ਐਰੋਪਲੇਨ ਕ੍ਰੈਸ਼ ਹੋ ਗਿਆ, ਜੱਟ ਵੀ ਕੁੱਦ ਗਿਆ, ਉਹਦੀ ਬਸ ਬਾਂਹ ਟੁੱਟ ਗਈ, ਤੇ ਅਮਲੀ ਕੁੱਦਿਆ ਤੇ ਉਹਦੀਆਂ ਦੋਨੇ ਲੱਤਾਂ ਟੁੱਟੀਆਂ, ਜੇ ਪੰਡਿਤ ਕੁੱਦਿਆ ਉਹਨੂੰ ਕੁਛ ਨਹੀਂ ਹੋਇਆ, ਜੇ ਜੱਟ ਅਤੇ ਅਮਲੀ ਹੋਸਪਿਟਲ 'ਚ ਸੀ, ਪੰਡਿਤ ਹੋਸਪਿਟਲ 'ਚ ਗਿਆ ਤੇ ਜੱਟ ਅਤੇ ਅਮਲੀ ਨੇ ਪੁੱਛਿਆ, ਬਈ ਤੂੰ ਤਾਂ ਬਚ ਗਿਆ, ਅਸੀਂ ਤਾਂ ਬਚੇ ਨਹੀਂ ਹੈ ਨਾ, ਫਿਰ ਬਈ ਐਂ ਕਹਿੰਦਾ ਜੱਟ, ਪੰਡਿਤ ਕਹਿੰਦਾ ਤੁਹਾਡੀ ਮਾਤਾ ਤਾਂ ਸਾੜੀ ਪਾਉਣ ਤੇ ਟਾਈਮ ਲੱਗਦਾ, ਸਾਡਾ ਹਨੂੰਮਾਨ ਤਾਂ ਪੁੱਠੀ ਨਿਕਰ ਪਾ ਕੇ ਭੱਜ ਆਉਂਦਾ। ਠੀਕ ਅੱਛੀ ਕਹਿੰਦਾ ਤੇ ਥੋੜ੍ਹੇ ਜਿਹੇ ਪੰਡਿਤ ਦੇ ਇੱਕ ਕਹਾਣੀ ਆ ਗਈ ਬਹੁਤ ਹੀ ਪੁਰਾਣੇ 2015 ਜਦੋਂ ਨਹੀਂ ਤੇ ਇਹ ਹੈਗੀ ਆ ਵੀ 1900 1000 ਦੀ ਕਹਾਣੀ 1970 ਦੀ ਨਾ ਨਾ 1000 ਦੀ 1900 ਦੀ ਕਹਾਣੀ ਹੈਗੀ। ਵੀ 100 ਰੁਪਏ ਚ ਪਾਠ ਕਰ ਦੂੰਗਾ, 100 ਰੁਪਏ ਚ ਪਾਠ ਕਰ ਦੇਗਾ, ਚਲ ਠੀਕ ਹੈ। ਉਹ ਕਹਿੰਦਾ ਠੀਕ ਹੈ, ਉਹ ਕਹਿੰਦਾ ਵੀ ਤੂੰ ਸਮਾਨ ਸੌਦਾ ਪੱਤਾ ਵੀ ਲੈ ਦੇ, ਤੂੰ ਮੇਰੇ ਜਰਾ ਜੱਟ ਖੜਾ ਜਾ ਤੇ ਗਾੜੀ ਕਹਿੰਦਾ ਸੀ ਤੂੰ ਹੀ ਲੈ, ਤੇ ਦੂਸ ਬੜੀ ਕਰਦਾ ਸੀਗਾ ਤੇ ਜੱਟ ਕਹਿੰਦਾ ਹਾਂ ਭਗਵਾਨ ਨੇ ਮੈਂ ਕਹਿਤਾ ਵੀ ਤੂੰ ਚੌਂਕੀ ਲਾ ਲਾ, ਵੀ ਚੌਂਕੀ ਉਹ ਗੋਹਾ ਨਹੀਂ ਹੁੰਦਾ ਜਿਹੜਾ ਗੋਹੇ ਨਾਲ ਸੋਹਣੇ ਹੁੰਦੇ ਆ, ਉਹ ਹੱਥਾਂ ਨਾਲ ਤੁਸੀਂ ਸਮੈਲ ਆਉਣ ਲੱਗ ਗਈ ਤੁਸੀਂ ਮਿਲਾਇਓ, ਅੱਜ ਕੱਲ੍ਹ 5-10 ਮਿੰਟ ਅੱਗੇ ਹੁੰਦਾ ਗਾ ਭਾਈ, ਫਿਰ ਜੋ ਚੌਂਕੀ ਲਾ ਲਿਆ ਤੋਂ ਬਹਿ ਜਾਂਦਾ ਗਾ ਭਾਈ, ਉਹ ਨਾ ਐਂ ਲੱਗ ਚੁੱਕੇ ਇਹਦੇ ਨਾਲ ਆਪਾਂ ਨਾ ਚੱਕ ਭਾਈ, ਉਹ ਐਂ ਲੱਗ ਚੁੱਕੇ ਇਹਦੇ ਨਾਲ ਤੇ ਭਾਈ ਹੈ ਨਾ ਉਹ ਪੰਡਿਤ ਪੰਡਿਤ ਦੀ ਪੂਜਾ ਕਰੀ ਨਾ, ਉਹ ਦਰਸ ਸੀਗਾ ਉਹ ਜਿਹੜੀ ਹੁੰਦੀ ਹੈ ਚੀਜ਼ ਉਹਦੇ ਨਾਲ ਤੇਲ ਪਾਉਣਾ ਹੁੰਦਾ ਗਾ, ਅਤੇ ਉਹ ਕਹਿੰਦਾ ਵੀ ਜੱਟ ਜੱਟ ਕਹਿੰਦਾ ਮੈਨੂੰ ਕੁਛ ਪਾਉਣਾ ਤਾਂ ਆਉਂਦਾ ਨਹੀਂ ਭਾਈ, ਉਹ ਕਹਿੰਦਾ ਤੂੰ ਮੇਰੀ ਮੇਰੀ ਰੀਸ ਕਰੀ ਨਹੀਂ ਭਾਈ, ਤੇ ਜਿਵੇਂ ਮੰਗੀ ਚੱਲੋ ਆਹਗਾ ਤੇਲ ਹੈਗਾ ਤੇਲ ਤੂੰ ਤੇਲ ਪਾ, ਆ ਜੱਟ ਹੈਗਾ ਮੈਂ ਮੰਗਦਾ ਤੇਲ ਪਾ ਤੇਲ ਪਾ ਦੇ, ਬੋਤਲ ਸੰਗਦੇ ਸੀ ਬਸ ਜਿਵੇਂ ਜਿਵੇਂ ਕਰੀ ਹੋਰ ਵੀ ਕਰੀ ਹੋ, ਅਤੇ ਭਾਈ ਉਹ ਆਏ ਨਾਲ ਲੱਗ ਗਏ ਮੇਰੇ ਵੀ ਜਦ ਵਧੀਆ ਹੀ ਆਪਾਂ ਨੂੰ ਜਮੀ ਪਤਾ ਲੱਗ ਜੂਗਾ, ਅਤੇ ਫਿਰ ਕੀ ਹੋਇਆ ਭਾਈ ਉਹ ਪੂਜਾ ਕਰਦੇ ਹੁੰਦੇ ਬੋਲਣਾ ਉਹ ਹੁੰਦਾ ਨਹੀਂ, ਪੰਡਿਤ ਕਹਿੰਦਾ ਉਹ ਕਹਿੰਦਾ ਸੀਗਾ ਬਾਈ ਪੰਡਿਤ ਜੀ ਤਾਂ ਹੈ ਇਹਨੂੰ ਕੋਈ ਸਬਜ਼ੀ ਨਹੀਂ ਹੋਤਾ ਹੋਵੇ ਮੈਂ ਜ਼ੋਰ ਨਹੀਂ ਲਾਤਾ ਉਹਨੇ ਹੈਂ ਬਾਈ ਉਹ ਲਗਾ ਉਹ ਉਹ ਫੇਰ ਲਾਤਾ, ਉਹ ਕਹਿੰਦਾ ਹੋਣੀ ਹੈ ਮਾਰਾ ਟਕਾ ਕੇ, ਉਹ ਕਹਿੰਦਾ ਮੈਂ ਭਾਈ ਉੱਧਰ ਹੋ ਜਾ, ਉਹ ਕਹਿੰਦਾ ਮੈਂ ਭਾਈ ਉੱਧਰ ਹੋ ਜਾ ਭਾਈ ਉੱਧਰ ਹੋ ਜਾ, ਫੇਰ ਭਾਈ ਉੱਧਰ ਹੋ ਜਾ ਤੂੰ ਤਾਂ ਉੱਧਰ ਕਰਤਾ ਉਹਨੂੰ ਫੇਰ ਚੱਜ ਨਾ ਉਹ
ਉਹਦੀ ਚੱਟ ਦੀ ਮਦਨੀ ਕਹਿੰਦੀ ਹੁਣ ਤਾਂ ਬਸ ਕਰ, ਹੁਣ ਤਾਂ ਚੌਂਕੀ ਤੋਂ ਵੀ ਬਾਹਰ ਹੋ ਗਏ।